ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਦੀਪ ਬਾਈ ਕਰਨੀ ਥੋੜ੍ਹਾ ਜਿਹਾ ਭੁੱਲ ਗਏ ਆ, ਉਹੀ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ ਕਿ ਇਹ ਸ਼ੰਭੂ ਮੋਰਚਾ ਜਿਹੜਾ ਆ ਉਹ ਦੀਪ ਬਾਈ ਨੇ ਆਪਣੀ ਗੱਲ ਕੀਤੀ ਆ ਕਿ ਕਿਸਾਨ ਜਥੇਬੰਦੀਆਂ ਨੇ ਜੋ ਵੀ ਫੈਸਲਾ ਲਿਆ ਉਹ ਸਾਡੇ ਸਾਹਮਣੇ ਆ। ਲਗਭਗ 50 ਦਿਨਾਂ ਦੇ ਕਰੀਬ ਹੋ ਚੁੱਕੇ ਆ ਅਤੇ ਸ਼ੰਭੂ ਮੋਰਚਾ ਇੱਕ ਪੰਜਾਬ ਦੀ ਖੁਦਮੁਖਤਿਆਰੀ ਦਾ ਪਲੇਟਫਾਰਮ ਬਣ ਚੁੱਕਿਆ। ਭਾਰਤ ਸਰਕਾਰ ਨੇ ਇਹ ਯਤਨ ਕੀਤਾ ਆ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੇ ਭਾਵੇਂ ਛਲਾਵੇ 'ਚ ਲੈ ਕੇ ਗੱਲ ਹੋਵੇ ਜਾਂ ਦਬਾਅ 'ਚ ਗੱਲ ਹੋਵੇ ਕਿ ਇਸ ਸੰਘਰਸ਼ ਨੂੰ ਖਤਮ ਕੀਤਾ ਜਾ ਸਕੇ। ਪਰ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਸ਼ੰਭੂ ਮੋਰਚੇ ਤੋਂ ਕਿ ਜੇ ਭਾਰਤ ਸਰਕਾਰ ਇਹ ਗੱਲ ਸਮਝਦੀ ਆ ਕਿ ਕਿਸਾਨ ਜਥੇਬੰਦੀਆਂ ਨੂੰ ਵਰਗਲਾ ਕੇ ਜਾਂ ਕਿਸਾਨ ਜਥੇਬੰਦੀਆਂ 'ਤੇ ਦਬਾਅ ਪਾ ਕੇ ਕਿਸੇ ਵੀ ਤਰ੍ਹਾਂ ਪੰਜਾਬ ਦੇ ਇਸ ਹੱਕੀ ਸੰਘਰਸ਼ ਨੂੰ ਖਤਮ ਕੀਤਾ ਜਾ ਸਕਦਾ, ਤਾਂ ਸ਼ੰਭੂ ਮੋਰਚੇ 'ਤੇ ਆਉਣ ਵਾਲਾ ਹਰ ਇੱਕ ਸਰੀਰ ਜਿਹੜਾ ਕਿ ਪਿਛਲੇ 50 ਦਿਨਾਂ ਤੋਂ ਇੱਥੇ ਹਾਜ਼ਰੀ ਭਰ ਕੇ ਗਿਆ ਆ, ਇਹ ਪੰਜਾਬੀਅਤ ਦੀ ਰੂਹ, ਇਹ ਪੰਜਾਬ ਦੀ ਰੂਹ ਦਿੱਲੀ ਸਰਕਾਰ ਨੂੰ ਇਹ ਸੁਨੇਹਾ ਦਿੰਦੀ ਆ ਕਿ ਭਾਵੇਂ ਕਿਸਾਨ ਜਥੇਬੰਦੀਆਂ ਕਿਸੇ ਵੀ ਥਾਂ 'ਤੇ ਜਾ ਕੇ ਆਪਣੇ ਹੱਕਾਂ ਤੋਂ ਕਿਸੇ ਵੀ ਗੱਲ ਘੱਟ ਦੇ ਉੱਤੇ ਸਮਝੌਤਾ ਕਰ ਲੈਣ, ਪਰ ਸ਼ੰਭੂ ਮੋਰਚਾ ਪੰਜਾਬ ਦੀ ਖੁਦ ਮੁਖਤਿਆਰੀ ਤੋਂ ਬਿਨਾਂ ਕਿਸੇ ਵੀ ਗੱਲ 'ਤੇ ਸਮਝੌਤਾ ਨਹੀਂ ਕਰੂੰਗਾ। ਅਤੇ ਇਹ ਲੜਾਈ ਸ਼ੁਰੂ ਨਹੀਂ ਹੋਣੀ, ਇਹ ਲੜਾਈ ਸ਼ੁਰੂ ਹੋ ਚੁੱਕੀ ਆ। ਅਤੇ ਜਿਹੜੇ ਅਸੀਂ 90 ਦੇ ਜੰਮੇ ਆ, 90 ਦੇ ਕਰੀਬ ਜੋ ਸਾਲ ਸੀ ਉਹਨਾਂ ਦੇ ਜੰਮੇ ਆ, ਪੰਜਾਬ ਦੀ ਅੱਜ ਦੀ ਨੌਜਵਾਨੀ ਆ, ਇਹ ਦਿੱਲੀ ਦੇ ਤਖ਼ਤ ਨਾਲ ਸਾਡੀ ਪਹਿਲੀ ਲੜਾਈ ਆ। ਅਤੇ ਇਸ ਲੜਾਈ ਵਿੱਚ ਜਾਂ ਹੁਣ ਜਿੱਤ ਹੋਣੀ ਆ ਜਾਂ ਹਾਰ ਹੋਣੀ ਆ। ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪੁੱਤ ਉਹ ਆ, ਉਹਦੀ ਸ਼ਹਾਦਤ ਵਿੱਚ ਵੀ ਜਿੱਤ ਤਾਂ ਆ ਜੇ ਉਹ ਗੋਲੀ ਹਿੱਕ 'ਤੇ ਖਾਂਦਾ ਆ। ਅਤੇ ਇਸ ਕਰਕੇ ਸਟੇਜ ਤੋਂ ਬੋਲਣ ਦੀਆਂ ਗੱਲਾਂ ਹੁਣ ਜ਼ਿਆਦਾ ਸਮਾਂ ਨਹੀਂ ਚੱਲਣੀਆਂ, ਹੁਣ ਲੜਾਈ ਮੈਦਾਨ 'ਚ ਹੋਣੀ ਆ। ਅਤੇ ਭਾਰਤ ਸਰਕਾਰ ਨੂੰ ਇਹੋ ਸੁਨੇਹਾ ਆ ਕਿ ਹੁਣ ਕਿਸਾਨ ਜਥੇਬੰਦੀਆਂ ਦੇ ਨਾਲ ਸਮਝੌਤਾ ਕਰਕੇ ਸੰਘਰਸ਼ ਖਤਮ ਨਹੀਂ ਹੋਣਾ, ਇਹ ਗੱਲ ਹੁਣ ਖੁਦ ਮੁਖਤਿਆਰੀ ਤੱਕ ਜਾਣੀ ਆ। ਅਤੇ ਸ਼ੰਭੂ ਮੋਰਚਾ ਖੁਦ ਮੁਖਤਿਆਰੀ ਤੱਕ ਇਹ ਸੰਘਰਸ਼ ਨੂੰ ਜਾਰੀ ਰੱਖੂਗਾ, ਪੰਜਾਬ ਦੇ ਲੋਕ ਜਾਰੀ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।